ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸੇਖ ਨੂੰ ਤੇ ਸਮੂਹ ਸਟਾਫ ਦੀ ਅਗਵਾਈ ਹੇਠ ਡਾਇਟ ਅਹਿਮਦਪੁਰ ਦੇ ਸਿੱਖਿਆਰਥੀ ਅਧਿਆਪਕਾਂ ਦੀਆਂ ਸਮਰ ਕੈਂਪ ਦੀਆਂ ਕੁਝ ਝਲਕਾਂ। ਸਮਰ ਕੈਂਪ ਵਿੱਚ ਪ੍ਰੀ ਪ੍ਰਾਇਮਰੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਬਿਹਤਰ ਬਣਾਉਣਾ, ਛੋਟੇ ਬੱਚਿਆਂ ਵਿੱਚ ਕਲਾਵਾਂ ਅਤੇ ਹੁਨਰ ਨੂੰ ਪਹਿਚਾਨਣਾ ਅਤੇ ਨਿਖਾਰਨਾ ਹੈ। ਇਸ ਸਮਰ ਕੈਂਪ ਵਿੱਚ ਕਈ ਗਤੀਵਿਧੀਆਂ ਸ਼ਾਮਿਲ ਹਨ, ਜਿਵੇਂ ਗੋਲ ਦਾਇਰੇ ਦੀਆਂ ਗਤੀਵਿਧੀਆਂ, ਕਹਾਣੀ ਸੁਣੋ ਗਤੀਵਿਧੀਆਂ, ਖੇਡਾਂ ਨਾਲ ਸੰਬੰਧਿਤ, ਗਣਿਤ ਨਾਲ ਸੰਬੰਧਿਤ ਅਤੇ ਧਿਆਨ ਲਗਾਉਣ ਸੰਬੰਧਿਤ ਗਤੀਵਿਧੀਆਂ, ਸੰਗੀਤ, ਪੇਂਟਿੰਗ, ਹੋਰ ਆਰਟ ਐਂਡ ਕ੍ਰਾਫਟ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਿਲ ਹਨ। ਜਿਵੇਂ ਕਿ ਤੁਸੀਂ ਕੁਝ ਝਲਕਾਂ ਦੇਖ ਰਹੇ ਹੋ, ਇਹ ਗਤੀਵਿਧੀਆਂ ਵਿਦਿਆਰਥੀਆਂ ਦੁਆਰਾ ਸਮਰ ਕੈਂਪ ਦੇ